ਜਾਵੜਾ ਵੇ ਕੰਗਣਾ ਕੱਚ ਦਿਆ ਹੋ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਮੁਗਲ ਰਾਜ ਦਾ ਟਾਕਰਾ ਕਰਨ ਲਈ, ਜ਼ੁਲਮਾਂ ਦਾ ਨਾਸ ਕਰਨ ਲਈ ਦਿੱਲੀ ਵੱਲ ਕੂਚ ਕਰ ਗਿਆ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਰਖੋਦ, ਜੋ ਦਿੱਲੀ ਤੋਂ ਲਗਭਗ 20 ਕੋਹ ਦੀ ਦੂਰੀ ਤੇ ਸੀ, ਉਸ ਨੂੰ ਫਤਿਹ ਕੀਤਾ। ਇਸ ਤੋਂ ਬਾਅਦ ਥਾਣੇਸਰ, ਸ਼ਾਹਵਾਦ, ਪੁਣਾਮ, ਛੱਤ, ਬਦੂੜ, ਪਾਇਲ, ਸਹਾਰਨਪੁਰ, ਨਨੋਤਾ, ਜਲਾਲਾਬਾਦ, ਜੀਂਦ, ਕੈਥਲ, ਸੁਨਾਮ, ਹਿਸਾਰ, ਸਮਾਣਾ, ਨਵਾਣਾ, ਮੁਸਤਫਾਬਾਦ ਅਤੇ ਹੋਰ ਬਹੁਤ ਸਾਰੇ ਇਲਾਕੇ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜ਼ਾਲਮ ਹੁਕਮਰਾਨ ਨਵਾਬ ਜੀਤਾ ਖਾਨ ਨੂੰ ਸੋਧਣ ਵਾਸਤੇ ਚੱਲ ਪਿਆ। ਸਤਿਕਾਰਯੋਗ ਖਾਲਸਾ ਜੀ, ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਨਾਲ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਗਿਣਤੀ ਦੇ ਸਿੰਘ ਸਨ, ਤੇ ਦੂਜੇ ਪਾਸੇ ਸਰਹੰਦ ਦੇ ਨਵਾਬ ਕੋਲੇ ਬਹੁਤ ਵੱਡਾ ਟਿੱਬੀ ਦਲ, ਬਹੁਤ ਵੱਡਾ ਲਾਮ ਲਸ਼ਕਰ ਸੀ। ਜਦੋਂ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਦੋਵਾਂ ਦਾ ਟਾਕਰਾ ਹੋਇਆ ਤਾਂ ਖਾਲਸੇ ਨੇ ਫਤਿਹ ਹਾਸਲ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਇਤਿਹਾਸ ਦੀ ਚੱਪੜ ਚਿੜੀ ਦੀ ਜਿਹੜੀ ਜੰਗ ਸੀ ਉਸ ਨੂੰ ਫਤਿਹ ਕੀਤਾ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਸ ਤੋਂ ਬਾਅਦ ਸਨ 1710 ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਦੇ ਜ਼ਾਲਮ ਹੁਕਮਰਾਨ ਉਸਮਾਨ ਖਾਨ, ਜਿਸ ਨੇ ਪੀਰ ਬੁੱਧੂ ਸ਼ਾਹ ਉਹਨਾਂ ਤੇ ਜ਼ੁਲਮ ਕੀਤੇ ਸਨ, ਉਸ ਨੂੰ ਸੋਧਿਆ। ਸਢੌਰੇ ਨੂੰ ਫਤਿਹ ਕਰਕੇ ਉਸ ਦੇ ਕਿਲੇ ਦੇ ਉੱਤੇ ਖਾਲਸਾਈ ਨਿਸ਼ਾਨ, ਕੇਸਰੀ ਨਿਸ਼ਾਨ ਸਾਹਿਬ ਚਲਾ ਦਿੱਤਾ। ਸਢੌਰਾ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਖਾਲਸਾ ਰਾਜ ਦੀ ਰਾਜਧਾਨੀ ਬਣਾਉਣ ਦਾ ਮਨ ਬਣਾਇਆ। ਸਢੌਰੇ ਤੋਂ ਕਰੀਬ 7-8 ਕੋਹ ਦੀ ਦੂਰੀ ਤੇ ਸਥਿਤ ਮੁਗਲਾਂ ਦਾ ਕਿਲਾ, ਜੋ ਕਿ ਮੁਖਲਿਸਗੜ੍ਹ ਦੇ ਨਾਮ ਨਾਲ ਪ੍ਰਸਿੱਧ ਸੀ, ਬਾਬਾ ਜੀ ਨੇ ਫਤਿਹ ਕਰਕੇ ਉਸ ਜਗ੍ਹਾ ਦਾ ਨਾਮ ਲੋਹਗੜ੍ਹ ਰੱਖ ਦਿੱਤਾ। ਤੇ ਸਤਿਕਾਰਯੋਗ ਸਾਧ ਸੰਗਤ ਜੀ, ਇਸ ਲੋਹਗੜ੍ਹ ਜ਼ਿਲ੍ਹੇ ਨੂੰ ਖਾਲਸਾ ਰਾਜ ਦੀ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ। ਇਸ ਰਾਜਧਾਨੀ ਦੇ ਵਿੱਚ ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬੈਠਿਆ, ਤੇ ਉਸ ਨੇ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਸਿੱਕੇ ਜਾਰੀ ਕੀਤੇ ਤੇ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਖਾਲਸੇ ਦੀਆਂ ਮੋਹਰਾਂ ਜਾਰੀ ਕੀਤੀਆਂ। ਇਸ ਦੇ ਨਾਲ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਤੇ ਲੋਹਗੜ੍ਹ ਰਾਜਧਾਨੀ ਤੋਂ ਖਾਲਸਾ ਰਾਜ ਚਲਾਇਆ ਗਿਆ। ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਅਸੀਂ ਜਿਹੜਾ ਖਾਲਸਾ ਰਾਜ ਦੀ ਸਭ ਤੋਂ ਪਹਿਲੀ ਰਾਜਧਾਨੀ, ਜਿਹੜੀ ਸਭ ਤੋਂ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਰਸਾਏ ਹੋਏ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਆਪਣਾ ਥਾਪੜਾ ਦੇ ਕੇ
ਜਿਹੜੇ ਜ਼ੁਲਮ ਹੋ ਰਹੇ ਸੀਗੇ, ਜਿਹੜੇ ਮੁਗਲ ਹਕੂਮਤ ਜਿਹੜੀ ਹੈ ਔਰੰਗਜ਼ੇਬ ਜਾਂ ਬਹਾਦਰ ਸ਼ਾਹ ਉਹਨੇ ਜਿਹੜੇ ਜ਼ੁਲਮ ਕਰਦੇ ਸੀ, ਮੁਗਲ ਹਕੂਮਤ ਜਿਹੜੀ ਜ਼ੁਲਮ ਕਰਦੀ ਸੀ, ਉਹਦਾ ਟਾਕਰਾ ਕਰਨ ਵਾਸਤੇ, ਉਹਦਾ ਨਾਸ ਕਰਨ ਵਾਸਤੇ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਤੋਂ ਭੇਜਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਵਰਦੀ ਸਾਰੇ ਬਹੁਤ ਜ਼ਿਆਦਾ ਜਿਹੜੇ ਜਣੀ ਜਿੱਥੇ ਜਿੱਥੇ ਜਿਹੜੇ ਦੋਸ਼ੀ ਪੰਥ ਦੋਸ਼ੀ ਸੀਗੇ, ਪੰਥ ਦੋਖੀ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਸੋਧਦੇ ਹੋਏ ਫਿਰ ਇੱਥੇ ਆਏ, ਸਧੌਰੇ ਆਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਧੌਰੇ ਪੀਰ ਬੁੱਧੂ ਸ਼ਾਹ ਦੇ, ਉਹਨਾਂ ਨੂੰ ਜਿਹੜੀ ਮੁਗਲ ਹਕੂਮਤ ਸੀਗੀ ਉਹਨਾਂ ਨੇ ਸਧੌਰੇ ਦੇ ਵਿੱਚ ਉਹਨਾਂ 'ਤੇ ਬਹੁਤ ਅੱਤਿਆਚਾਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ। ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਜਿਹੜੇ ਬਚ ਗਏ ਸੀ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਸੀਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਧੌਰੇ ਆ ਕੇ ਉਹਨਾਂ ਨੂੰ ਸੋਧਿਆ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ 'ਤੇ ਜੁਰਮ ਕਰੇ ਸੀਗੇ, ਅਤੇ ਪੀਰ ਬੁੱਧੂ ਸ਼ਾਹ ਜੀ ਦਾ ਅਸਥਾਨ ਉੱਥੇ ਬਣਾਇਆ, ਉਜਾਗਰ ਕਰਿਆ ਵੀ ਇੱਥੇ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹ ਦਿਖਾਈ। ਉਸ ਤੋਂ ਬਾਅਦ ਸਧੌਰੇ ਤੋਂ ਕੋਈ ਲਗਭਗ 7-8 ਕੋਹ ਦੂਰ ਇੱਕ ਲੋਹਗੜ੍ਹ ਜਿਹੜਾ ਪਿੰਡ ਸੀਗਾ ਉਹਦੇ 'ਤੇ ਕਿਲ੍ਹਾ ਬਣਾਇਆ ਹੋਇਆ ਸੀ ਮੁਗਲਾਂ ਦੇ ਟਾਈਮ ਦਾ, ਜਿਹਨੂੰ ਪਹਿਲਾਂ ਮੁਖਲਿਸਗੜ੍ਹ ਕਹਿੰਦੇ ਸੀਗੇ। ਉਹ ਕਿਲ੍ਹਾ ਫਤਿਹ ਕਰਕੇ ਕਿਲ੍ਹੇ ਨੂੰ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੋਇਆ। ਹੁਣ ਅਸੀਂ ਜਿਹੜਾ ਲੋਹਗੜ੍ਹ ਸਾਹਿਬ ਹੈ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ, ਉਹ ਤੋਂ ਥੋੜ੍ਹਾ ਜਿਹਾ ਥੱਲੇ ਜਿਹੜਾ ਪਹਾੜ ਹੈ, ਪਹਾੜ ਦੀ ਬਿਲਕੁਲ ਜੜ੍ਹ 'ਚ ਜਿਹੜੇ ਨਿਹੰਗ ਸਿੰਘ ਸਾਰੇ ਕੌਮ ਦੇ ਯੋਧੇ ਉਹਨਾਂ ਨੇ ਗੁਰਦੁਆਰਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਾਲਿਆਂ ਦਾ ਜਿਹੜਾ ਇੱਕ ਛਾਉਣੀ ਹੈ ਇੱਥੇ ਬਣੀ ਹੋਈ, ਜਿਹਦੇ 'ਚ ਇਹਨਾਂ ਨੇ ਇੱਕ ਛੋਟੇ ਜਿਹੇ ਗੁਰਦੁਆਰਾ ਸਾਹਿਬ ਸਥਾਪਿਤ ਕਰੇ ਹੋਏ ਹੈ, ਜਿਹਦਾ ਪ੍ਰਬੰਧ ਜਥੇਦਾਰ ਬਾਬਾ ਬਲਵੀਰ ਸਿੰਘ ਉਹਨੀ 96 ਕਰੋੜੀ ਜਥੇਦਾਰ ਬਾਬਾ ਬੁੱਢਾ ਦਲ ਦੇ ਨੇ ਉਹਨਾਂ ਦੇ ਪ੍ਰਬੰਧ ਅਧੀਨ ਚੱਲ ਰਿਹਾ। ਇਹ ਛੋਟਾ ਜਿਹਾ ਇੱਕ ਇਹਨਾਂ ਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ, ਇੱਥੇ ਸਾਧ ਸੰਗਤ ਦੇ ਆਉਣ ਵਾਸਤੇ ਲੰਗਰ ਹਮੇਸ਼ਾ ਚੱਲਦੇ ਨੇ, ਅਤੇ ਹੋਰ ਜਿਹੜੀਆਂ ਸੰਗਤਾਂ ਹੈ ਇੱਥੇ ਜਿਹੜੀਆਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹੈ, ਕੋਈ ਟਾਮੀ ਟਾਮੀ ਸੰਗਤ ਆਉਂਦੀ ਹੈ, ਕੋਈ ਬਹੁਤੇ ਲੋਕ ਤਾਂ ਆਉਂਦੇ ਨਹੀਂ, ਬਹੁਤੀ ਸੰਗਤ ਆਉਂਦੀ ਨਹੀਂ, ਉਹਦੇ ਵਾਸਤੇ ਇਹਨਾਂ ਨਿਹੰਗ ਸਿੰਘਾਂ ਨੇ ਇੱਥੇ ਜਿਹੜਾ ਲੰਗਰ ਦਾ ਪ੍ਰਬੰਧ ਵੀ ਹੈ ਅਤੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਸਥਾਪਿਤ ਕਰਿਆ ਹੋਇਆ। ਇਸ ਤੋਂ ਬਾਅਦ ਹੁਣ ਸਤਿਕਾਰਯੋਗ ਸਾਧ ਸੰਗਤ ਜੀ, ਅਸੀਂ ਅੱਗੇ ਜਿੱਥੇ ਜਿਹੜਾ ਕਿਲ੍ਹਾ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲੀ ਥਾਂ ਹੈ, ਜਿੱਥੇ ਉਹਨਾਂ ਨੇ ਆ ਕੇ ਕਿਲ੍ਹਾ ਬਣਾਇਆ ਸੀ, ਉਹਦੇ ਵਾਸਤੇ ਜਾਵਾਂਗੇ। ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਜ਼ੂਰ ਸਾਹਿਬ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਤਾ, ਮੇਨ ਇਹ ਜਗ੍ਹਾ 'ਤੇ ਭੇਜਿਆ ਤਾ ਗੁਰਦੁਆਰਾ ਲੋਹਗੜ੍ਹ ਸਾਹਿਬ 'ਤੇ, ਅਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਇੱਥੇ ਜੋ ਵੀ ਸੰਗਤ ਆਉਂਦੀ ਹੈ ਸ਼ਰਧਾ ਨਾਲ ਸਰਬੱਤ ਦੀਆਂ ਮਨੋਕਾਮਨਾ ਆਸਾ ਪੂਰੀਆਂ ਹੁੰਦੀਆਂ ਹਨ। ਇਹਨਾਂ ਜੀ ਜੋ ਉੱਤੇ ਜੋ ਕਿਲ੍ਹਾ ਸਾਹਿਬ ਹੈ ਉੱਥੇ ਬੜਾ ਤਕੜਾ ਕੁੰਡ ਬਣਾਇਆ ਹੋਇਆ ਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਇਸ ਜਗ੍ਹਾ 'ਤੇ 5 ਸਾਲ ਬਾਬਾ ਜੀ ਰਹੇ। ਬਹਾਦਰ ਸ਼ਾਹ ਦੀ ਫੌਜ ਨੇ 80,000 ਫੌਜ ਨੇ ਇੱਥੇ ਘੇਰਾ ਪਾ ਕੇ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਕਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਾੜ ਦੇ ਵਿੱਚ ਪਿਛਲੀ ਜਾ ਕੇ ਲਾਹੌਰ 'ਤੇ ਕਬਜ਼ਾ ਕਰ ਲਿਆ। ਸਤਿਕਾਰਯੋਗ ਖਾਲਸਾ ਜੀ, ਹੁਣ ਅਸੀਂ ਆ ਜਿਹੜਾ ਥੱਲੇ ਛਾਉਣੀ ਨਿਹੰਗ ਸਿੰਘਾਂ ਜਿੱਥੇ ਬੁੱਢਾ ਦਲ ਦੀ ਜਿਹੜੀ ਫੌਜ ਹੈ ਉਹਨਾਂ ਨੇ ਆਪਣੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਹੈ। ਕਹਿੰਦੇ ਨੇ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨੀ ਆਏ ਉਰੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਥੇ ਪੜਾਅ ਕੀਤਾ ਜਿੱਥੇ ਬੁੱਢਾ ਦਲ ਵਾਲਿਆਂ ਨੇ ਜਿਹੜੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਨੇ, ਇੱਥੇ ਆ ਕੇ ਪਹਿਲਾਂ ਰਹੇ, ਅਤੇ ਇੱਥੋਂ ਬਾਅਦ ਫਿਰ ਹੁਣ ਅਸੀਂ ਉੱਤੇ ਨੂੰ ਚਾਲੇ ਪਾ ਰਹੇ ਹਾਂ ਜਿੱਥੇ ਕਿਲ੍ਹਾ ਲੋਹਗੜ੍ਹ ਸਾਹਿਬ ਹੈ। ਉਸ ਤੋਂ ਬਾਅਦ ਅੱਗੇ 2 ਕਿਲੋਮੀਟਰ ਹੋਰ ਅੱਗੇ ਜਿਹੜਾ ਇੱਕ ਕਿਲ੍ਹਾ ਹੋਰ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ, ਉਹ ਸਤਾਰਗੜ੍ਹ ਕਿਲ੍ਹਾ ਹੈ। ਸਰਕਾਰ ਦੇ ਸਾਧ ਸੰਗਤ ਜੀ, ਹੁਣ ਅਸੀਂ ਲਗਭਗ ਜਿਹੜਾ ਕਿਲ੍ਹਾ ਲੋਹਗੜ੍ਹ ਹੈ ਉਹਦੇ ਐਂਟਰ ਹੋ ਚੁੱਕੇ ਹਾਂ। ਆਹ ਤੁਸੀਂ ਦੇਖ ਸਕਦੇ ਹੋ, ਆਹ ਜਿਹੜੀ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਦੀਆਂ ਆਹ ਜਿਹੜੀ ਹੈ ਗਲੀ ਸਮਝ ਲਓ ਇੱਕ ਕਿਸਮ ਦੀ, ਜਿਹੜੀ ਕਿਲ੍ਹੇ ਨੂੰ ਜਾਣ ਵਾਸਤੇ ਪੱਥਰਾਂ ਦੀ ਚਿਣਾਈ ਕਰਕੇ ਇੱਕ ਰੋਡ ਬਣਾਈ ਹੋਈ ਹੈ। ਇਹ ਰੋਡ ਸ਼ੁਰੂ ਹੋ ਗਈ ਇੱਥੋਂ, ਇਹ ਬਹੁਤ ਹਾਈਟ 'ਤੇ ਆ ਕੇ ਸਿੱਧੀ ਬਿਲਕੁਲ ਸਿੱਧੀ ਚੜ੍ਹਾਈ ਹੈ। ਅਸੀਂ ਤਾਂ ਹੈਰਾਨ ਹੁੰਦੇ ਹਾਂ ਵੀ ਖਾਲਸਾ ਫੌਜ ਉਸ ਵੇਲੇ ਕਿੱਦਾਂ ਇੱਥੇ ਪਹੁੰਚੀ। ਉਹ ਕਿਲ੍ਹਾ ਲੋਹਗੜ੍ਹ ਜਿਹੜਾ ਹੈ ਉਹਦੇ 'ਚ ਜਾਣੀ ਲਗਭਗ ਅਸੀਂ ਐਂਟਰ ਹੋ ਚੁੱਕੇ ਹਾਂ।
ਇਹ ਹੁਣ ਉਹਦੀ ਬਿਲਕੁਲ ਹੱਦ ਦੇ ਉੱਤੇ ਕਿਲ੍ਹਾ ਲੋਹਗੜ੍ਹ ਦੀ ਅਤੇ ਹੁਣ ਅਸੀਂ ਅੰਦਰ ਵੰਡ ਲੱਗੇ ਹਾਂ। ਇਹ ਸਮਝ ਲਓ ਗਲੀ ਜਿਹੜੀ ਜਿਹਨੂੰ ਆਪਾਂ ਮੂਹਰੇ ਸੜਕ ਕਹਿੰਦੇ ਹਾਂ ਉਹ ਸ਼ੁਰੂ ਹੋ ਗਈ ਹੈ। ਹੁਣ ਅਸੀਂ ਅੱਗੇ ਜਾ ਕੇ ਤੁਹਾਨੂੰ ਅੰਦਰ ਕਿਲ੍ਹੇ ਦਾ ਹਾਲ ਜਿਹੜਾ ਹੈ ਉਹ ਅੰਦਰ ਜਾ ਕੇ ਦਿਖਾਵਾਂਗੇ। ਇਹ ਅਸੀਂ ਹੁਣ ਇਸ ਵੇਲੇ ਕਿਲ੍ਹਾ ਜਿਹੜਾ ਜਿਹਨੂੰ ਕਿਲ੍ਹਾ ਲੋਹਗੜ੍ਹ ਕਹਿੰਦੇ ਸੀਗੇ ਉੱਥੇ ਅਸੀਂ ਇਸ ਵੇਲੇ ਬਿਲਕੁਲ ਕਿਲ੍ਹਾ ਸਾਹਿਬ ਹੈ ਜਿਹੜਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਆਪਣੀ ਰਾਜਧਾਨੀ ਬਣਾਈ। ਇਸ ਕਿਲ੍ਹੇ ਤੋਂ ਪੂਰੀ ਸਰਕਾਰ ਚਲਾਈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ। ਅਸੀਂ ਉਸ ਜਗ੍ਹਾ 'ਤੇ ਖੜ੍ਹੇ ਹਾਂ, ਇਹ ਜਿਹੜਾ ਜਿੱਥੇ ਮੈਂ ਖੜ੍ਹਾ ਹੈ ਇਹ ਪੱਟਿਆ ਹੋਇਆ ਥਾਂ ਹੈ। ਆਹ ਜਿਹੜੀ ਹੈ ਆਮ ਆਪਣੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਆਹ ਜਿਹੜੀਆਂ ਕੰਧਾਂ ਹੈ ਆਹ ਦੇਖੋ, ਆਹ ਸਰਹੰਦੀ ਇੱਟਾਂ ਨਾਲ ਚਿੜੀਆਂ ਹੋਈਆਂ ਕੰਧਾਂ ਹੈ, ਸ਼ਾਇਦ ਤੁਹਾਨੂੰ ਦਿਖ ਰਹੀਆਂ ਹੋਣਗੀਆਂ। ਇੱਥੇ ਕਹਿੰਦੇ ਨੇ ਵੀ ਇਹ ਜਿਹੜੀ ਜਗ੍ਹਾ ਹੈ ਇੱਥੇ ਖਜ਼ਾਨਾ ਸੀ ਦੱਬਿਆ ਹੋਇਆ, ਕਿਲ੍ਹੇ ਦਾ ਤੋਸ਼ਾਖਾਨਾ ਸੀਗਾ ਇਹ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਸੀਗਾ ਲੋਹਗੜ੍ਹ। ਉਹਦੇ ਤੋਸ਼ਾਖਾਨਾ ਦੇ ਵਿੱਚੋਂ ਜਦੋਂ ਮੁਗਲਾਂ ਨੇ ਇੱਥੇ ਕਬਜ਼ਾ ਕਰਿਆ ਉਹਨਾਂ ਨੇ ਇਸ ਜਗ੍ਹਾ ਤੋਂ ਪੁੱਟ ਕੇ, ਇਹ ਲਗਭਗ 3-4 ਫੁੱਟ ਡੂੰਘੇ ਟੋਏ ਪੱਟੇ ਹੋਏ ਨੇ, ਇਸ ਜਗ੍ਹਾ ਤੋਂ ਪੁੱਟ ਕੇ ਉਹਨਾਂ ਨੇ ਜਿਹੜਾ ਖਜ਼ਾਨਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਜੋ ਉਹਨਾਂ ਨੇ ਟਕਸਾਲ ਦੇ ਸਿੱਕੇ ਸੀਗੇ ਜਾਂ ਹੋਰ ਜੋ ਉਹਨਾਂ ਕੋਲ ਮਾਲ ਸਵਾਬ ਸੀਗਾ ਜਿਹੜਾ ਉਹਨਾਂ ਨੇ ਆਪਣੇ ਕਿਲ੍ਹੇ 'ਚ ਰੱਖਿਆ ਹੋਇਆ ਸੀ, ਉਹ ਉਹਨਾਂ ਨੇ ਇੱਥੋਂ ਪੁੱਟ ਕੇ ਜਿਹੜਾ ਖਜ਼ਾਨਾ ਹੈ ਉਹ ਮੁਗਲ ਜਿਹੜੇ ਰਾਜ ਸੀਗਾ ਮੁਗਲ ਹਕੂਮਤ ਸੀਗੀ ਉਹ ਲੈ ਗਏ ਸਨ। ਹੁਣ ਅਸੀਂ ਇਸ ਵੇਲੇ ਕਿਲ੍ਹਾ ਸਾਹਿਬ ਦੇ ਬਿਲਕੁਲ ਵਿੱਚ ਖੜ੍ਹੇ ਹਾਂ। ਮੈਂ ਆਪਣੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਵੀ ਆਹ ਨਿਸ਼ਾਨ ਸਾਹਿਬ ਨੇ ਜਿਹੜੇ ਕਿਲ੍ਹਾ ਸਾਹਿਬ ਦੇ ਵਿੱਚ ਲੱਗੇ ਹੋਏ ਇਹਨਾਂ ਦੇ ਵੀ ਸਾਧ ਸੰਗਤ ਨੂੰ ਦਰਸ਼ਨ ਕਰਾਓ। ਇਸ ਕਿਲ੍ਹਾ ਸਾਹਿਬ ਦੇ ਵਿੱਚ ਜਿੱਥੇ ਬਿਲਕੁਲ ਕਿਲ੍ਹਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਹੁਣ ਅਸੀਂ ਖੜ੍ਹੇ ਹਾਂ, ਇਹ ਜਗ੍ਹਾ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਆਪਣਾ ਰਹਿੰਦੇ ਸਨ। ਇੱਥੋਂ ਉਹਨਾਂ ਨੇ ਜਿਹੜੀ ਖਾਲਸਾ ਪੰਥ, ਜਿਹੜੀ ਖਾਲਸਾ ਹਕੂਮਤ ਹੈ, ਖਾਲਸਾ ਰਾਜ ਹੈ, ਉਹ ਉਹਨਾਂ ਨੇ ਇੱਥੋਂ ਚਲਾਇਆ। ਹੁਣ ਅਸੀਂ ਲੋਹਗੜ੍ਹ ਤੋਂ ਉੱਤੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਦੂਜਾ ਕਿਲ੍ਹਾ ਹੈ ਜਿਹਨੂੰ ਸਤਾਰਗੜ੍ਹ ਦੇ ਨਾਂ ਨਾਲ ਪ੍ਰਸਿੱਧ ਹੈ, ਜਿਹੜਾ ਜਦੋਂ ਲੋਹਗੜ੍ਹ ਦੇ ਕਿਲ੍ਹੇ 'ਤੇ ਫੌਜ ਨੇ ਜਿਹੜੀ ਮੁਗਲ ਫੌਜ ਸੀ ਉਹਨਾਂ ਨੇ ਕਬਜ਼ਾ ਕਰ ਲਿਆ ਸੀਗਾ ਤਾਂ ਜਿਹੜੇ ਸਿੰਘ ਸੀਗੇ ਉਹ ਪਿੱਛੇ ਹਟ ਕੇ ਇਸ ਕਿਲ੍ਹੇ 'ਚ ਜਿਹੜੇ ਕਿਲ੍ਹੇ 'ਤੇ ਅਸੀਂ ਪਹੁੰਚਣ ਵਾਲੇ ਹਾਂ। ਸਤਿਕਾਰਯੋਗ ਸਾਧ ਸੰਗਤ ਜੀ, ਤੁਸੀਂ ਦੇਖ ਸਕਦੇ ਹੋ ਕਿੰਨੀ ਸਿੱਧੀ ਚੜ੍ਹਾਈ ਹੈ, ਸਾਰੇ ਸਿੰਘਾਂ ਨੂੰ ਇੰਨਾ ਜ਼ਿਆਦਾ ਸਾਹ ਚੜ੍ਹ ਚੁੱਕਿਆ। ਸਾਨੂੰ ਇੱਥੇ ਪਹੁੰਚਣ ਵਾਸਤੇ 5-6 ਜਗ੍ਹਾ ਬੈਠਣਾ ਪਿਆ ਅਤੇ ਸਾਡੇ ਨਾਲ ਦੇ ਇੱਕ ਸਿੰਘ ਸੀਗੇ ਨਾਲ, ਸ਼ਾਇਦ ਪਿੱਛੇ ਆ ਰਹੇ ਬਹੁਤ ਅੜੀ ਕਰਕੇ, ਮੈਂ ਉਹਨਾਂ ਨੂੰ ਬਹੁਤ ਬੇਨਤੀ ਕਰੀ ਵੀ ਸਰਦਾਰ ਜੀ ਤੁਸੀਂ ਇੱਥੇ ਹੀ ਬਹਿ ਜਾਓ ਥੱਲੇ ਹੀ, ਪਰ ਉਹ ਇੰਨਾ ਜ਼ਿਆਦਾ ਅੜੀ ਕਰਕੇ ਕਹਿੰਦੇ ਨਹੀਂ ਮੈਂ ਕਿਸੇ ਵੀ ਕੀਮਤ 'ਤੇ ਕਿਸੇ ਵੀ ਹਾਲਤ, ਸਰਦਾਰਾ ਸਿੰਘ ਜੀ ਕਹਿੰਦੇ ਵੀ ਮੈਂ ਹਰ ਹਾਲਤ 'ਚ ਉੱਤੇ ਪਹੁੰਚੂੰਗਾ, ਇੰਨਾ ਬੁਰਾ ਹਾਲ ਹੈ ਸਾਨੂੰ ਸਾਹ ਨਾਲ ਸਾਹ ਨਹੀਂ ਰਲ ਰਿਹਾ, ਉੱਤੇ ਜਾਣ ਵਾਸਤੇ ਹਜੇ ਮੇਰੇ ਖਿਆਲ 'ਚ 15-20 ਮਿੰਟ ਹੋਰ ਲੱਗ ਜਾਣਗੇ ਸਾਨੂੰ ਕਿਲ੍ਹੇ ਤੱਕ ਪਹੁੰਚਣ ਵਾਸਤੇ। ਤੁਸੀਂ ਦੇਖ ਸਕਦੇ ਹੋ ਸਾਡੀ ਹਾਲਤ, ਸਾਰੇ ਸਿੰਘਾਂ ਨੂੰ ਇੰਨਾ ਬੁਰੀ ਤਰ੍ਹਾਂ ਸਾਹ ਚੜ੍ਹ ਚੁੱਕਿਆ ਵੀ ਬੈਠ ਬੈਠ ਕੇ ਸਿਰੇ ਪਹੁੰਚਣਾ ਪੈ ਰਿਹਾ। ਮੈਂ ਹੈਰਾਨ ਇਸ ਗੱਲ ਤੋਂ ਕਰਨ ਕੀ ਤਰ ਪਾਤਸ਼ਾਹ ਦੀ ਕਿੰਨੀ ਕਿਰਪਾ ਹੋਊਗੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ 'ਤੇ ਅਤੇ ਨਾਲੇ ਉਹਨਾਂ ਦੇ ਸਿੰਘਾਂ 'ਤੇ ਜਿਨ੍ਹਾਂ ਨੇ ਇਸ ਐਡੀ ਉੱਚੀ ਪਹਾੜੀ ਦੇ ਉੱਤੇ ਆ ਕੇ ਆਪਣਾ ਕਿਲ੍ਹਾ ਬਣਾਇਆ ਔਰ ਇੱਥੋਂ ਖਾਲਸਾ ਰਾਜ ਜਿਹੜਾ ਹੈ ਉਹ ਆਪਣਾ ਇੱਥੋਂ ਚਲਾਇਆ। ਮਾਰੇ ਸਿਰੇ ਸਭ ਮਾਰੂ ਬਚਾ ਮੁੰਡਾ ਚੀਰ ਕੇ ਕਮਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮੁੱਚਾ ਖਾਲਸਾ ਪੰਥ, ਸਮੁੱਚੀਆਂ ਸੰਗਤਾਂ ਜਿਹੜੀਆਂ ਅੱਜ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਰਹੇ ਹੋ, ਅਸੀਂ ਸਤਿਕਾਰਯੋਗ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਨੇ ਦਾਸਾਂ ਦੇ ਸਿਰ 'ਤੇ ਹੱਥ ਰੱਖ ਕੇ ਅਤੇ ਸਮੁੱਚੇ ਸ਼ਹੀਦ ਸਿੰਘਾਂ ਨੇ ਦਾਸਾਂ ਦੇ ਸਿਰ 'ਤੇ ਹੱਥ ਰੱਖ ਕੇ ਸਾਨੂੰ ਅੱਜ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਧਰ ਨੂੰ ਪ੍ਰੇਰਿਆ ਅਤੇ ਸਾਡੀ ਸਮੁੱਚੀ ਟੀਮ ਦੇਗ ਤੇਗ ਫਤਿਹ ਹੈਰੀਟੇਜ ਕਲੱਬ ਜਿਹਦੇ ਸਾਰੇ ਮੈਂਬਰ ਅੱਜ ਸਾਡੇ ਨਾਲ ਮੌਜੂਦ ਨੇ। ਇਸ ਅਸਥਾਨ ਨੂੰ ਸਿੱਖਾਂ ਦੀ ਪਹਿਲੀ ਰਾਜਧਾਨੀ ਵਜੋਂ ਸਥਾਪਿਤ ਕੀਤਾ ਗਿਆ। ਅੱਜ ਦੇਗ ਤੇਗ ਫਤਿਹ ਹੈਰੀਟੇਜ ਗਰੁੱਪ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਇਸ ਅਸਥਾਨ ਨੂੰ ਉਜਾਗਰ ਕੀਤਾ ਜਾਵੇ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੱਕ ਪਹੁੰਚਾਇਆ ਜਾਵੇ। ਕਿਲ੍ਹਾ ਲੋਹਗੜ੍ਹ ਸਾਹਿਬ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਇਤਿਹਾਸ ਦਾ ਪਹਿਲਾ ਸਿੱਕਾ ਸੀਗਾ ਜਾਰੀ ਕੀਤਾ ਗਿਆ ਸੀ, ਇਸੇ ਸਥਾਨ ਤੋਂ ਜਾਰੀ ਕੀਤਾ ਗਿਆ ਸੀ। ਸੋ ਇਹ ਬਹੁਤ ਹੀ ਮਹੱਤਵਪੂਰਨ, ਸਿੱਖ ਇਤਿਹਾਸ ਦਾ ਬਹੁਤ ਮਹੱਤਵਪੂਰਨ ਸਥਾਨ ਹੈ, ਇਸ ਨੂੰ ਸਾਨੂੰ ਸਿੱਖਾਂ ਨੂੰ ਵਿਸਾਰਨਾ ਨਹੀਂ ਚਾਹੀਦਾ। ਦੇਗ ਤੇਗ ਹੈਰੀਟੇਜ ਗਰੁੱਪ ਵੱਲੋਂ ਅਸੀਂ ਸਮੂਹ ਖਾਲਸਾ ਪੰਥ ਨੂੰ ਅਪੀਲ ਵੀ ਕਰਦੇ ਹਾਂ ਕਿ ਇਸ ਸਥਾਨ ਨੂੰ ਮੁੜ ਸੁਰਜੀਤੀ ਵੱਲ ਲਿਆਂਦਾ ਜਾਵੇ ਅਤੇ ਚੜ੍ਹਦੀ ਕਲਾ ਦਾ ਜਿਹੜਾ ਸਿੱਖ ਰਾਜ ਦਾ ਪਹਿਲਾ ਝੰਡਾ ਬੁਲੰਦ ਇੱਥੇ ਕੀਤਾ ਗਿਆ ਸੀ, ਉਸ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਸਿੱਖ ਸਮਾਜ ਨੂੰ, ਸਿੱਖ ਖਾਲਸਾ ਪੰਥ ਨੂੰ ਅਪੀਲ ਹੈ ਕਿ ਇਸ ਸਥਾਨ ਨੂੰ ਜਿਹੜਾ ਬੁਲੰਦੀਆਂ 'ਤੇ ਲਿਜਾਣ ਲਈ, ਮੁੜ ਸੁਰਜੀਤ ਕਰਨ ਲਈ ਸਾਰੇ ਹੀ ਖਾਲਸਾ ਪੰਥ ਨੂੰ ਅੱਗੇ ਆਉਣਾ ਚਾਹੀਦਾ ਹੈ, ਸ਼੍ਰੋਮਣੀ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਮੂੰਹ ਮੁਹਾਂਦਰਾ ਵੱਖਰਾ ਹੈ, ਸਾਡਾ ਰੂਪ ਵੱਖਰਾ ਤੇ ਸਾਡਾ ਰੰਗ ਵੱਖਰਾ, ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ। ਇਹ ਤੁਰਿਆ ਆਉਂਦਾ ਹੈ ਸਾਡਾ, ਪਰ ਸੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਹੈ ਤੇ ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਠੰਡੇ ਬਾਟੇ ਦਾ ਅੰਮ੍ਰਿਤ ਛਕਿਆ। ਖਾਲਸਾ ਜੀ, ਇਸ ਪਾਵਨ ਸਥਾਨ ਦੇ ਉੱਤੇ ਪੰਥ ਖਾਲਸੇ ਨੇ ਜੋ ਮੱਲਾਂ ਮਾਰੀਆਂ ਨੇ, ਇਹ ਉਹ ਲੋਹਗੜ੍ਹ ਦਾ ਕਿਲ੍ਹਾ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਪਿਆਰੇ ਖਾਲਸਾ ਜੀ ਫੌਜਾਂ ਦੇ ਨਾਲ, ਜ਼ਾਲਮਾਂ ਦੇ ਨਾਲ ਜੂਝਦੇ ਹੋਏ, ਮਾਰੋ ਮਾਰ ਕਰਦੇ ਮੁਗਲ ਫੌਜਾਂ ਨੂੰ ਗੁਰੂ ਪਿਆਰੇ ਖਾਲਸਾ ਜੀ ਮਾਤ ਦਿੱਤੀ ਤੇ ਫੌਜਾਂ ਨੂੰ ਹਰਾਇਆ। ਇਹ ਉਹ ਮਹਾਨ ਧਰਤੀ ਹੈ, ਅਸੀਂ ਕਲਗੀਧਰ ਪਾਤਸ਼ਾਹ ਦੇ ਠੰਡੇ ਬਾਟੇ ਦਾ ਅੰਮ੍ਰਿਤ ਛਕੇ ਆਨੰਦਪੁਰ ਸਾਹਿਬ ਦੇ ਵਾਸੀ ਹਾਂ। ਢਾਡੀ ਜਥੇ ਦੇ ਕੋਲੋਂ ਇੰਜ ਸਰਵਣ ਕਰੋ ਜੀ, ਅਸੀਂ ਵਾਸੀ ਪੁਰੀ ਆਨੰਦ ਦੇ ਸਿੱਖਿਆ ਨੌਵੇਂ ਗੁਰਾਂ ਦੀ, ਨਹੀਂ ਫੜ ਕੇ ਛੱਡਣੀ ਵਾਹ, ਅਸੀਂ ਪੁਰਜਾ ਪੁਰਜਾ ਹੋ ਜਾਈਏ।
ਅਸੀਂ ਪੁਰਜਾ ਹੋ ਜਾਈਏ ਪਰ ਪਿੱਛੇ ਮੁੜੀਏ ਨਾ ਅਸੀਂ ਪੈਰ ਪਿੱਛੇ ਨਾ ਮੋੜੀਏ ਪਿੱਛੇ ਨਾ ਮੋੜੀਏ ਜੇ ਧਰ ਲਈਏ ਪੈਰੀ ਅਗਾਂਹ ਗੁਲਜ਼ਾਰ